अज लुधियाना के फिरोजपुर रोड स्थित एक निजी पैलेस के व्यापारियों ते होरना संगठनों वालों मीटिंग की गई। मीटिंग च किसान नेता बलवीर सिंह राजेवाल भी पहुंचे, जिथे उन्होंने आने वाली विधानसभा चोणों बारे गलबात करते हुए स्पष्ट किया कि हाले उन्हों का किसी भी तरह दियां चोणां लड़न का कोई विचार नहीं है। आओ तुहानूं दिखाउने आ कि उन्होंने होर की कहा। पंजाब एक अजिहा गुलदस्ता है, पंजाब एक अजिहा गुलदस्ता है जिहदे विच किसान मजदूर व्यापारी कारखानेदार हिंदू सिख ईसाई मुस्लिम सारे मिलके ਇਹ ਮੁਕੰਮਲ ਹੁੰਦਾ ਹੈ। ਜਦੋਂ ਵੀ ਇਹ ਕਿਸੇ ਨੇ ਇਸ ਗੁਲਦਸਤੇ ਨਾਲ ਛੇੜਛਾੜ ਕੀਤੀ ਤਾਂ ਉਹਨੂੰ ਹਮੇਸ਼ਾ ਮੂੰਹ ਦਿਖਾਉਣੀ ਪਈ ਹੈ। ਪੰਜਾਬ ਦਾ ਇੱਕ ਵੱਖਰਾ ਮਜਾਜ਼ ਹੈ, ਪੰਜਾਬ ਦੀ ਕਲਚਰ ਵੱਖਰੀ ਹੈ ਔਰ ਇਸੇ ਦਾ ਨਤੀਜਾ ਜਿਹੜਾ ਪਿਛਲੇ ਇੱਕ ਸਾਲ ਸਵਾ ਸਾਲ ਪਹਿਲਾਂ ਮੋਰਚਾ ਅਸੀਂ ਲਾਇਆ ਸੀ ਉਹਦੇ ਵਿੱਚ ਸਾਰੇ ਵਰਗ ਸਮਾਜ ਦੇ ਸ਼ਾਮਿਲ ਹੋ ਕੇ ਉਹ ਮੋਰਚਾ ਜਿੱਤਿਆ ਗਿਆ। ਮੈਂ ਧੰਨਵਾਦੀ ਹਾਂ ਇੰਡਸਟਰੀ ਟ੍ਰੇਡ ਵਾਲੇ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾ ਕੇ ਹੌਸਲਾ ਦਿੱਤਾ, ਪਿਆਰ ਦਿੱਤਾ ਹੈ, ਉਹਦੇ ਲਈ ਮੈਂ ਇੱਥੇ ਆਇਆ। ਮੈਂ ਉਮੀਦ ਕਰਦਾ ਇਹ ਸਾਰੇ ਰਲ ਮਿਲ ਕੇ ਅੱਗੋਂ ਤੋਂ ਇਸੇ ਤਰ੍ਹਾਂ ਇਹ ਪੰਜਾਬ ਦੇ ਗੁਲਦਸਤੇ ਨੂੰ ਹੋਰ ਮਜ਼ਬੂਤ ਬਣਾਉਣ। ਇਹ ਬਹੁਤ ਹੀ ਦੁੱਖਦਾਈ ਗੱਲ ਹੈ ਭਾਈ, ਇਹਦੇ ਪਿੱਛੇ ਕੋਈ ਨਾ ਕੋਈ ਹੋਏਗਾ ਜਿਹੜਾ ਪੰਜਾਬ ਦੇ ਮਾਹੌਲ ਨੂੰ ਅੱਗ ਲਾਉਣੀ ਚਾਹੁੰਦਾ। ਮੈਂ ਬੇਨਤੀ ਕਰਾਂਗਾ ਪੰਜਾਬ ਦੇ ਲੋਕਾਂ ਨੂੰ ਬਈ ਜਦੋਂ ਇਹੋ ਜਿਹਾ ਚੋਣਾਂ ਆ ਰਹੀਆਂ ਅੱਗੇ, ਇਹ ਸਿਰਫ ਲੋਕਾਂ ਨੂੰ ਲੋਕਾਂ 'ਚ ਵੰਡੀਆਂ ਪਾਉਣ ਦੀ ਇੱਕ ਸਾਜਿਸ਼ ਹੈ। ਚੌਕਸ ਰਹੋ, ਸਾਰੇ ਧਰਮ ਬਰਾਬਰ ਨੇ, ਕਿਸੇ ਧਰਮ ਦੀ ਅਹਿਮੀਅਤ ਕਿਸੇ ਦੂਜੇ ਧਰਮ ਨਾਲੋਂ ਘੱਟ ਨਹੀਂ। ਧਰਮ ਸਾਨੂੰ ਪਿਆਰ ਨਾਲ ਰਹਿਣਾ ਸਿਖਾਉਂਦਾ ਹੈ। ਜਿਹੜੇ ਲੋਕ ਨਫ਼ਰਤ ਫੈਲਾਉਣਾ ਚਾਹੁੰਦੇ ਨੇ ਉਹਦੀ ਜਿੰਨੀ ਨਿੰਦਾ ਕੀਤੀ ਜਾਏ ਥੋੜ੍ਹੀ ਹੈ। ਉਹਦੇ ਲਈ ਜ਼ਿੰਮੇਵਾਰ ਪੋਲੀਟੀਕਲ ਲੀਡਰਸ਼ਿਪ ਹੈ। ਜਦੋਂ ਕਿਤੇ ਇਹੋ ਜਿਹੀ ਘਟਨਾ ਵਾਪਰਦੀ ਹੈ, ਜਿਹੜਾ ਵੀ ਰਾਜ ਭਾਗ ਵਿੱਚ ਹੁੰਦਾ ਉਹਨੂੰ ਚਾਹੀਦਾ ਇਮੀਡੀਏਟਲੀ ਮੂਵ ਕਰੇ ਔਰ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਸਜ਼ਾ ਦੇਵੇ। ਜੇ ਨਹੀਂ ਦੇ ਰਹੇ ਜਿਹਦੇ ਲਈ ਪੰਜਾਬ ਦੇ ਲੋਕ ਦੁਖੀ ਨੇ, ਉਹ ਸਿਰਫ ਤੇ ਸਿਰਫ ਇਸ ਲਈ ਹੈ ਵੀ ਉਹ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੇ। ਹਾਲੇ ਕੋਈ ਇੱਦਾਂ ਦਾ ਕੋਈ ਫੈਸਲਾ ਨਹੀਂ, ਅਸੀਂ ਅੰਦੋਲਨ ਜਿੱਤ ਕੇ ਆਏ ਹਾਂ। ਲੋਕ ਤਾਂ ਤਾਂ ਪਿਆਰ ਦਿੰਦੇ ਨੇ, ਜਿੱਥੇ ਸਾਨੂੰ ਕੋਈ ਬੁਲਾਉਂਦਾ ਸੀ ਉੱਥੇ ਜਾਂਦੇ ਹਾਂ, ਇੱਦਾਂ ਦਾ ਹਾਲੇ ਕੋਈ ਫੈਸਲਾ ਹਾਲੇ ਕੋਈ ਵੀ ਫੈਸਲਾ ਨਹੀਂ ਹੋਇਆ। ਪੋਲੀਟੀਕਲੀ ਕੀ ਕਰਨਾ, ਸਾਰੇ ਮੀਟਿੰਗਾਂ ਚੱਲ ਰਹੀਆਂ, ਹਾਲੇ ਕੁਛ ਇੱਦਾਂ ਦਾ ਫੈਸਲਾ ਨਹੀਂ। ਹਾਂਜੀ, ਚੁਣਾਵ ਦਾ ਸੀ ਸਰ, ਤੁਸੀਂ ਵੀ ਉਹ ਸਾਰੇ ਵੋਟ ਤਾਂ ਪਾਉਣੀ ਹੈ, ਜਦੋਂ ਵੋਟ ਪਾਓਗੇ ਨਹੀਂ ਉਹ ਹਰ ਵਾਰ ਫੈਸਲਾ ਕਰਦੇ ਆ, ਜਦੋਂ ਫੈਸਲਾ ਕਰਾਂਗੇ ਤੁਹਾਨੂੰ ਦੱਸ ਦਿਆਂਗੇ। ਕਿਸਾਨ ਕਿਸ ਦੇ ਨਾਲ ਜਾਣਗੇ, ਸਮਾਂ ਬਹੁਤ ਘੱਟ ਹੈਗਾ, ਚੁਣਾਵ ਬਹੁਤ ਨੇੜੇ ਹੈਗੇ ਨੇ, ਕਿਹਦੇ ਨਾਲ ਜਾਣਗੇ, ਫੈਸਲਾ ਕਦੋਂ ਹੋਵੇਗਾ? ਹਾਲੇ ਬੜਾ ਸਮਾਂ ਪਿਆ ਹੈ, ਜਿਹੜੇ ਪੋਲੀਟੀਕਲ ਲੀਡਰ ਨੇ ਉਹਨਾਂ ਨੂੰ ਕਾਲ ਹੈ, ਕਿਸਾਨਾਂ ਨੂੰ ਕੋਈ ਕਾਲ ਨਹੀਂ। ਨਹੀਂ ਹੁਣ ਮੋਰਚਾ ਖਤਮ ਹੋ ਗਿਆ, ਹੁਣ ਉਹ ਗੱਲ ਹੈ। ਲੁਧਿਆਣਾ ਤੋਂ ਰਜਿੰਦਰ ਅਰੋੜਾ ਦੀ ਰਿਪੋਰਟ, ਦ ਸਟੋਰੀ ਟੀਵੀ।